ਮੋਦੀ ਸਰਕਾਰ ਦੇ ਤਿੰਨ ਖੇਤੀਬਾੜੀ ਨੂੰ ਲੈ ਕੇ ਜਿਹੜੇ ਆਰਡੀਨੈਂਸ ਪਾਸ ਕੀਤੇ ਗਏ ਨੇ ਕੈਬਨਿਟ ਚੋਂ ਇੱਕ ਬਿੱਲ ਜਿਹੜਾ ਪਾਸ ਹੋ ਗਿਆ ਦੋ ਹਜੇ ਪੈਂਡਿੰਗ ਆ ਗਏ ਨੇ ਉਹਨੂੰ ਲੈ ਕੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਕਿਸਾਨ ਜਾਗ ਜੁਗਾ ਲੇਕਿਨ ਇਸ ਮਸਲੇ ਦੇ ਵਿੱਚ ਸਭ ਤੋਂ ਵੱਡਾ ਹੈਰਾਨੀਜਨਕ ਜਿਹੜਾ ਜੋ ਟਰਨ ਲਿਆ ਉਹ ਲਿਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੈਂਟਰ ਦੇ ਵਿੱਚ ਭਾਈਵਾਲ ਉਹ ਪਹਿਲਾਂ ਸਮੁੱਚਾ ਅਕਾਲੀ ਦਲ ਮੋਦੀ ਸਰਕਾਰ ਦੀ ਇਸ ਮਸਲੇ ਤੇ ਵਕਾਲਤ ਕਰਦਾ ਰਿਹਾ ਕਿ ਬਿੱਲਾਂ ਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਹੋਣਾ ਪਰ ਹੁਣ ਪੰਜਾਬ ਦਾ ਜਦ ਕਿਸਾਨ ਜਾਗਿਆ ਤੇ ਕਾਲੀ ਦਲ ਦਾ ਵੀ ਯੂ ਟਰਨ ਆ ਚੁੱਕਾ ਪਰ ਨਾਲ ਦੇ ਨਾਲ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਸ਼੍ਰੋਮਣੀ ਕਾਲੀ ਦਲ ਹੀ ਕਿਸਾਨਾਂ ਦੀ ਮਸੀਹਾ ਉਧਰ ਕਾਂਗਰਸ ਪਾਰਟੀ ਕਹਿ ਰਹੇ ਨੇ ਕਿ ਪਾਣੀਆਂ ਦਾ ਜਿਹੜਾ ਮਸਲਾ ਜਿਹੜਾ ਪਾਣੀਆਂ ਦਾ ਰਖ ਉਹ ਕੈਪਟਨ ਮੁਰਿੰਦਰ ਸਿੰਘ ਸੀ ਤੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੂਬੇ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਉਹ ਮਸੀਹਾ ਨਹੀਂ ਕਾਤਲ ਨੇ ਇਸ ਮਤਲਕੇ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਕੈਬਨਟ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਹੁਣਾਂ ਨਾਲ ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਤਿੰਨ ਸਫਿਆਂ ਦਾ ਲਵ ਲੈਟਰ ਵੀ ਭੇਜਿਆ ਉਹ ਹਰ ਗੱਲ ਦੇ ਕਹਿੰਦੇ ਕਿ ਜੀ ਬਾਦਲ ਸਾਹਿਬ ਮਸੀਹਾ ਤੁਸੀਂ ਕਹਿੰਦੇ ਕਾਤਲ ਕਾਤਲ ਕਿਵੇਂ ਹੋ ਗਏ ਜੀ ਜਿਹੜੇ ਪੰਜ ਵਾਰ ਮੁੱਖ ਮੰਤਰੀ ਬਣੇ ਭੂਲੜ ਸਾਹਿਬ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੀ ਇੱਕ ਚੀਜ਼ ਰਹੀ ਹੈ ਕਿ ਜਿਹੜਾ ਕਾਂਗਰਸੀ ਆ ਜਾਂ ਅਕਾਲੀ ਦਲ ਦਾ ਮੈਂਬਰ ਨਹੀਂ ਉਹਨੂੰ ਸਿੱਖ ਵੀ ਨਹੀਂ ਸਮਝਦੇ ਤੇ ਜੇ ਅਸੀਂ ਆ ਤੇ ਸਾਨੂੰ ਇੱਕ ਕਿਸਾਨ ਵੀ ਨਹੀਂ ਸਮਝਦੇ ਉਹ ਇੱਕੋ ਚੀਜ਼ ਕਹਿੰਦੇ ਕਿ ਮੈਂ ਆਪਣੇ ਹੱਥੀਂ ਹਲ ਵਾਇਆ ਪਤਣੀ ਇਹਨਾਂ ਇਹੋ ਜਹਾ ਹਲਵਾਇਆ ਕਿ ਇਹਨਾਂ ਨੇ ਸਿੱਖੀ ਵੀ ਖਤਮ ਕਰ ਦਿੱਤੀ ਤੇ ਇਹਨਾਂ ਨੇ ਪੰਜਾਬ ਦੀ ਕਿਸਾਨੀ ਵੀ ਖਤਮ ਕਰ ਦਿੱਤੀ ਪ੍ਰਕਾਸ਼ ਸਿੰਘ ਬਾਦਲ ਇਹਨਾਂ ਡੂੰਗਾ ਹੱਲ ਲੈ ਗਿਆ ਕਿ ਨਾਜ ਸਿੱਖ ਲਬਦਾ ਤੁਹਾਨੂੰ ਅੱਜ ਜੇ 346 ਜਿਹੜੇ 26 ਗੁਰੂਗ੍ਰੰਥ ਸਾਹਿਬ ਉੱਥੋਂ ਸਰੂਪ ਜਿਹੜੇ ਨੇ ਗੋਮੋ ਹੋਏ ਨੇ ਦਰਬਾਰ ਸਾਹਿਬ ਉੱਥੇ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਗੁੰਡਾ ਫੌਜ ਆ ਤੈਨੂੰ ਟ੍ਰਾਂਸਫਰ ਜਿਵੇਂ ਕੁੱਟੇ ਨੇ ਤੇ ਜੇ ਮੈਂ ਕਹਾਂ ਕਿ ਮੈਂ ਸੇਖਾ ਕੋ ਨੂੰ ਨਹੀਂ ਇਹ ਤੇ ਕਾਂਗਰਸੀ ਆ ਮਾਰੇ ਦੇ ਸਰੂਪ ਚੋਰੀ ਉਹਦੇ ਵਾਸਤੇ ਬਾਦਲ ਸਾਹਿਬ ਦੋਸ਼ੀ ਨਹੀਂ ਉਹ ਉਹਦਾ ਕਬਜ਼ਾ ਕੀਤਾ ਉਹਦਾ ਕਬਜਾ ਸ਼ਰਮਣੀ ਕਮੇਟੀ ਦਾ ਪ੍ਰਧਾਨ ਕੌਣ ਹੈ ਜੋ ਜਿਹੜਾ ਸ਼ਰਮਣੀ ਕਮੇਟੀ ਜਾਂ ਇਹੋ ਹੀ ਕਹਿੰਦੇ ਨੇ ਕਿ ਸਾਡੀ ਸਿੱਖ ਨਮਾਏ ਦਾ ਜਮੇ ਪਾਰਟੀ ਹੈ ਸਿੱਖ ਨਮਾਏ ਦਾ ਪਾਰਟੀ ਫਿਰ ਇਹਨਾਂ ਦੀ ਹੈ ਸਾਨੂੰ ਤਾਂ ਅਸੀਂ ਤੇ ਸੈਕੂਲਰ ਪਾਰਟੀ ਹੈ ਅਸੀਂ ਤਾਂ ਮੱਥਾ ਵੀ ਇਹਨਾਂ ਤੋਂ ਡਰਦੇ ਤੇ ਤੱਕਦੇ ਕਿ ਕਿਤੇ ਭਜਾਈ ਨਾ ਦੇਣ ਉਤੋਂ ਜਦੋਂ ਨਹੀਂ ਕੋਈ ਇਹਨਾਂ ਦਾ ਬੰਦਾ ਦੋ ਦੋ ਮੱਥਾ ਟੇਕਣ ਜਾਂਦਾ ਦੂਸਰੀ ਚੀਜ਼ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਕਿਹਾ ਕਿ ਜਿਹੜਾ ਇਹ ਐਮਰਜੈਂਸੀ ਦੇ ਵਿੱਚ ਇਹਦਾ ਪਰਸ ਦਾ ਗळा ਘੁੱਟ ਹੈਗਾ ਯਾਰ ਤੁਹਾਡੇ ਤੇ ਉਦੋਂ ਕੁੱਟੇ ਨੇ ਪ੍ਰੈਸ ਵਾਲੇ ਅਨਿਊਜ਼ 18 ਵਾਲੇ ਬੈਠਾ ਉਹਦਾ ਮੈਂ ਬੰਦਾ ਵੇਖੇ ਕੁੱਟਣ ਦੇ ਸੀ ਉਹਨੂੰ ਉੱਥੇ ਵਿੱਚ ਪੰਜਾਬੀ ਅਜੀਤ ਵਾਲੇ ਦਾ ਪੱਤਰਕਾਰ ਸੀ ਉਹਨੂੰ ਵੀ ਕੁੱਟਰੇ ਸੀ ਤੇ ਫਿਰ ਗਲਾ ਘੁੱਟਿਆ ਇਹਨਾਂ ਮੈਂ ਤੇ ਹਮਦਲ ਸਿੰਘ ਸਾਹਿਬ ਨੂੰ ਕਿਹਾ ਕਿ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦਾ ਬਹੁਤ ਸਤਿਕਾਰ ਤੇ ਬੜਾ ਪਿਆਰ ਆ ਤੁਹਾਡਾ ਤੇ ਪਰ ਜਦੋਂ ਪੱਤਰਕਾਰ ਉਹਨੇ ਦੱਸਿਆ ਨਹੀਂ ਮੈਂ ਹਮਦਲ ਸਿੰਘ ਸਾਹਿਬ ਦਾ ਬੰਦਾ ਉਹਨਾਂ ਇਹ ਨਹੀਂ ਦੱਸਿਆ ਪੁਲਿਸ ਸਾਹਿਬ ਇਹ ਜਿਹੜੀਆਂ ਚੀਜ਼ਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਮੀਡੀਆ ਨੂੰ ਸਾਰੇ ਘੁਟਦੇ ਆ ਗਏ ਨੇ ਸਾਰੀਆਂ ਪਾਰਟੀਆਂ ਘੁੱਟਦੀਆਂ ਆ ਗਈਆਂ ਮੇਰਾ ਸਵਾਲ ਹੈ ਕਿ ਲੈਟਰ ਜਿਹੜੀ ਪੁਲਿਸ ਦੀ ਆ ਮੈਂ ਉਹਦੇ ਤੇ ਆਉਣਾ ਕਿ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਕਿ ਕੱਲ ਮਾ ਬੜਾ ਸ਼ਹੀਰ ਬਾਦਲ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਦੇ ਮਸੀਹਾ ਨੇ ਮੈਂ ਮੈਂ ਪ੍ਰਕਾਸ਼ ਸਿੰਘ ਬਾਦਲ ਦੀ ਆਡੀਓ ਤੁਸੀਂ ਵੀ ਮੈਨੂੰ ਕਿਹਾ ਕਿ ਮੈਂ ਆਡੀਓ ਭੇਜੀ ਵੀ ਤੁਸੀਂ ਨਹੀਂ ਮੈਨੂੰ ਕਿਹਾ ਬਾਦਲ ਸਾਹਿਬ ਦੀ ਆਡੀਓ ਸੁਣੋ ਕਿ ਕਿੱਦਾਂ ਵਧੀਆ ਉਹਨਾਂ ਨੇ ਭੇਜਿਆ ਮੈਂ ਉਹਨੂੰ ਸੁਣਿਆ ਜਾਨ ਨਾਲ ਪਰ ਨਾਲ ਦੀ ਨਾਲ ਜਦੋਂ ਸੁਣਿਆ ਮੈਨੂੰ ਇਹ ਆਇਆ ਸੀ ਕਿ ਇੱਕ ਵਾਰ ਜਦੋਂ ਅਸੀਂ 2013 ਚ ਐਮਐਲਏ ਸੀ ਇਹਨੇ ਪੰਜਾਬ ਕੰਟਰੈਕਟ ਫਾਰਮਿੰਗ ਤੇ ਇੱਕ ਐਕਟ ਲੈ ਕੇ ਆਇਆ ਸੀ ਉਹ ਤੇ ਮੰਗਵਾਈਏ ਕੀ ਹੈ ਉਹ ਤੇ ਜਦੋਂ ਪੜਿਆ ਇਹ ਤੇ ਕਾਤਲਿਆ ਪ੍ਰਕਾਸ਼ ਸਿੰਘ ਬਾਦਲ ਆ ਪੜ੍ਹ ਲਓ ਇਹ ਤੁਹਾਡੇ ਕੋਲ ਵੀ ਭੇਜ ਦਿੱਤਾ ਤੁਹਾਨੂੰ ਇਹ ਤੁਸੀਂ ਜਾ ਕੇ ਵੇਖਣਾ ਤੁਸੀਂ ਸਵਾਲ ਵੀ ਕਰਨੇ ਨੇ ਕਿ ਦੇ ਉਹਨਾਂ ਨੇ ਕਿ ਮੈਨੂੰ ਹੀ ਥਕਾ ਕੇ ਚਲੇ ਜਾਓ ਤੇ ਉਹਨਾਂ ਨੂੰ ਅਕਾਲੀਆਂ ਨੂੰ ਸਵਾਲ ਇਹਨਾਂ ਪੁੱਛੋ ਉਹਦੇ ਵਿੱਚ ਕਹਿੰਦੇ ਤੇ ਹੁਣ ਕਹਿੰਦੇ ਕਿ ਲੋੜ ਪਈ ਤਾਂ ਹੀ ਤੋੜ-ਭੋੜੜਾ ਕਰਦੇ ਨੇ ਵਿੱਪ ਜਾਰੀ ਕਰ ਦਿੱਤਾ ਕਿ ਅਸੀਂ ਇੱਕ ਆਜ਼ਾਦ ਪਾਰਟੀ ਆ ਉਹ ਕਹਿੰਦੇ ਘਰੋਂ ਤੇ ਪਹਿਲਾਂ ਕਰ ਲੈਣ ਬਾਕੀਆਂ ਨੂੰ ਕੱਢਣ ਨੂੰ ਫਿਰਦੇ ਨੇ ਬਾਕੀ ਜਿਹੜੇ ਢੀਂਡਸਾ ਕੱਢ ਦਿੱਤਾ ਭੁੰਦੜੂ ਨੂੰ ਕੱਢ ਦੇਣਗੇ ਨਰੇਸ਼ ਗੁਜਰਾਲ ਨੂੰ ਕੱਢ ਦੇਣਗੇ ਤੇ ਦੋਵੇਂ ਦੋਵੇਂ ਮੀਆਂ ਬੀਵੀ ਤੇ ਅੰਦਰ ਪਾਰਲੀਮੈਂਟ 'ਚ ਬੈਠੇ ਸੀ ਕਿਹੜੀ ਵੋਟ ਪਾ ਕੇ ਬੀਬੀ ਜੀ ਆਏ ਨਹੀਂ ਭਾਈ ਸਾਹਿਬ ਪਤਨ ਕੀ ਬੋਲਗੇ ਨਹੀਂ ਤੇ ਕਹਿੰਦਾ ਜੀ ਨਾਲ ਕੇ ਜਾਂਦਾ ਜੀ ਕਾਂਗਰਸੀ ਬੋਲੇ ਨਹੀਂ ਸਾਡਾ ਇਹਨੂੰ ਮੈਂ ਦੱਸਣਾ ਚਾਹੁੰਦਾ ਕਿ ਤੂੰ ਵਿਧਾਨ ਸਭਾ ਚ ਆਉਂਦਾ ਸੀ ਹੁਣ ਤੁਹਾਡੇ ਉਹਨਾਂ ਦੇ ਦੂਸਰੇ ਫਿਰਦੇ ਨੇ ਸਭ ਤੋਂ ਜਿਹੜੇ ਪਿਆਰੇ ਸਾਲਾ ਸਾਹਿਬ ਉਹ ਜਿਹੜੋਂ ਉਹ ਹਰ ਰੋਜ਼ ਹੀ ਵਾਕ ਆਊਟ ਕਰਕੇ ਚਲੇ ਜਾਂਦੇ ਨੇ ਉਹ ਆਉਂਦੇ ਹੀ ਨਹੀਂ ਤੇ ਇਹਦਾ ਮਤਲਬ ਕਿ ਇਹ ਕਹੀਏ ਉਹ ਸਾਡੀ ਫੇਵਰਚ ਹਰ ਬੋਰਡ ਬਿਕਰਮਜੀਠੀਆ ਪਾਉਂਦਾ ਜਦੋਂ ਵਾਕ ਆਊਟ ਕਰਦਾ ਇਹ ਕਹ ਇਹ ਹੁਣ ਕਹਿਣਾ ਬਣਦਾ ਨਾ ਜੀ ਤੇ ਜੇ ਵਾਕ ਆਊਟ ਕਰਕੇ ਗਏ ਇਹਦਾ ਮਤਲਬ ਵਾਕ ਆਊਟ ਨਹੀਂ ਕਰਕੇ ਗਿਆ ਬਿਕਰਮਜੀਠੀਆ ਕੈਪਟਨ ਮਦਰ ਸਿੰਘ ਨਾਲ ਰਲ ਕੇ ਤੇ ਬਾਹਰ ਚਲਾ ਗਿਆ ਇਹ ਵੀ ਕਹਿਣਾ ਚਾਹੁੰਨੀ ਲੋਕ ਵੀ ਕਹਿ ਦਿੰਦੇ ਨੇ ਕਿ ਕਿ ਤੁਹਾਡੀ ਅੱਗੇ ਆਜੋ ਤੇ ਇਹਨੇ ਇਹਨੇ ਕਿਹਾ ਕਿ ਤੁਸੀਂ ਉਹ ਬੋਲੇ ਨਹੀਂ ਅੰਦਰ ਬੋਲ ਕੇ ਸਾਡੀ ਸਾਡੀ ਕਾਂਗਰਸੀਆਂ ਨੇ ਪ੍ਰੋਟੈਸਟ ਉੱਥੇ ਕਰਕੇ ਉਹਦੇ ਬਾਅਦ ਵਾਕ ਆਊਟ ਕਰਕੇ ਗਏ ਇਹ ਉੱਥੇ ਬੈਠਾ ਇਹਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੀ ਵੌਇਸ ਉੱਥੇ ਹੋਈ ਹੈ VOTING ਉਹਨੇ ਚ ਇਹਨੇ ਉੱਠ ਕੇ ਕਿਹਾ ਕਿ ਮੈਂ ਬਿੱਲ ਦੇ ਅਗੇਂਸਟ ਵੋਟ ਕਰਦਾ ਉਹਦੋਂ ਇਹ ਵੀ ਨਹੀਂ ਬੋਲੇ ਬੋਲਿਆ ਜਰੂਰ ਅਗੇਂਸਟ ਹੈ VOTING ਵਲੇ ਇਹ ਵੀ ਵੋਟ ਉਧਰ ਕਰ ਗਿਆ ਸਾਡੀ ਰਜੈਂਟਮੈਂਟ ਸ਼ੋ ਹੋ ਗਈ ਹੈ ਅਸੀਂ ਇਹ ਵੀ ਕਹਿਤਾ ਹੈਗਾ ਕਿ ਅਲਾਈਅੰਸ ਦਾ ਇਹ ਨਹੀਂ ਮਤਲਬ ਆਗਾ ਕਿ ਜੋ BJP ਨੂੰ ਚੰਗਾ ਲੱਗਦਾ ਉਹ ਸਾਨੂੰ ਵੀ ਚੰਗਾ ਲੱਗੂਗਾ ਉਹਦੇ ਚ ਮੈਂ ਹੋਰ ਪੁੱਛਣਾ ਚਾਹੁੰਦਾ ਕਿ ਜਿਹੜੀ ਜਦੋਂ ਕੈਬਨਟ ਨੇ ਪਾਸ ਕੀਤਾ ਇਹ ਬਿੱਲ ਅੰਦਰ ਅੰਦਰ ਇਹਨਾਂ ਦੇ ਧਰਮਪਤਰੀ ਅੰਦਰ ਸੀ ਕਿ ਬਾਹਰ ਸੀ ਉਸ ਟਾਈਮ ਹਰ ਸਿਮਰ ਤੇ ਰੈਜੈਂਟਮੈਂਟ ਸ਼ੋ ਕੀਤੀ ਸੀ ਕਿ ਲੋਕਾਂ ਤੱਕ ਜਾਣਾ ਚਾਹੀਦਾ ਪਹਿਲਾਂ ਪਬਲਿਕ ਡੋਮੇਨ ਚਲੇ ਜੇ ਫਿਰ ਇਸ ਤੇ ਪਾਸ ਕਰੇ ਸੈਂਟਿੰਗ ਨੋਟ ਕੋਈ ਹੋਏਗਾ ਕੈਬਨਟ ਦੇ ਵਿੱਚ ਉਹਨੂੰ ਦੱਸ ਦੇਣ ਉਹਨੂੰ ਦਿਖਾ ਦੇਣ ਉਹਦੇ ਬਾਦੋਂ ਦੀ ਸਟੇਟਮੈਂਟ ਕਰਕੇ ਆਈ ਸੀ ਕਿ ਪਬਲਿਕ ਚ ਜਾਣਾ ਚਾਹੀਦਾ ਅੱਜ ਹੀ ਕਰਨ ਦੇ ਆ ਗੱਲਾਂ ਸਾਰੇ ਤੇ ਇੰਨਾ ਹੀ ਝੂਠੇ ਨੇ ਪਤਾ ਨਹੀਂ ਕਿੱਥੇ ਜਾ ਕੇ ਇਹਨਾਂ ਦਾ लेखा-ਮੁਕਾਣਾ ਹਰੂ ਵੀ ਕਰ ਰਿਹਾਗੇ ਜੀ ਮਨਪ੍ਰੀਤ ਸਵਾਦਲੇ ਵੀ ਮੀਟਿੰਗ ਅਟੈਂਡ ਕੀਤੀਆਂ ਕੈਪਟਨ ਮਰਿੰਦਰ ਸਿੰਘ ਨੂੰ ਲੈਟਰ ਹੈ ਮੇਰੀ ਗੱਲ ਸੁਣੋ ਤੁਸੀਂ ਕੈਪਟਨ ਮਰਿੰਦਰ ਸਿੰਘ ਨੂੰ ਅਨਕਿਆ ਨਹੀਂ ਕਿ ਇਹਦੇ ਤੇ ਆਉਣਾ ਚਾਹੀਦਾ ਕਿ ਜੇ ਮੈਂ ਉੱਥੇ ਕੋਈ ਗੱਲ ਕੀਤੀ ਹੈ ਇਹ ਜੇ ਝੂਠ ਹੀ ਬੋਲੀ ਜਾਣਗੇ ਆਪਾਂ ਉਹ ਹੀ ਸੁਣੀ ਚਾਵਾਂਗੇ ਤਾਂ ਫਿਰ ਉਹ ਬੋਲੇ ਔਰ ਜਿਹੜਾ ਮਿਨਿਸਟਰ ਆਫ ਸਟੇਟ ਹੈ ਉਹ ਕਹਿੰਵੇ ਕਿ ਪ੍ਰਕਾਸ਼ ਕੈਪਟਨ ਮਰਿੰਦਰ ਸਿੰਘ ਮੀਟਿੰਗ ਚ ਉਹਨਾਂ ਨੇ ਆ ਕੇ ਆਖੀ ਹੈ ਗੱਲ ਕਹਵਿਓ ਐਂ ਟਕਿਆ ਕਿ ਜਿਹੜਾ ਉਹਨੇ ਪਾਰਲੀਮੈਂਟ ਜੇ ਦਿੱਤਾ ਇਹਦੇ ਤੇ ਆਉਣਾ ਚਾਹੀਦਾ ਉਥੇ ਇਹ 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 ਮੈਨੂੰ ਮਰਿਆਦਾ ਡਾਉਣਾ ਚਾਹੀਦਾ ਤੇ ਇਹਨੇ ਗਲਤ ਬਿਆਨੀ ਕੀਤੀ ਹੈ ਤੇ ਇਹ ਫਿਰ ਕਿਉਂ ਉਥੇ ਕਰ ਦੇਣ ਉਹ ਲਿਆਵੇ ਉਹ ਪੇਪਰ ਕੱਢੇ ਫਿਰ ਉਸ ਮੰਤਰੀ ਦਾ ਹੋਰ ਹੋਰ ਕੋਈ ਧਰਨੇ ਦਿੰਦਾ ਹੈ ਕਰੋਨਾ ਦੇ ਵਿੱਚ ਤੁਹਾਡੀ ਸਰਕਾਰ ਪਰਚੇ ਦਰਜ ਕਰਦੀ ਹੁਣ ਤੁਹਾਨੂੰ ਵੀ ਲੱਗਾਗਾ ਕਿ ਜਿਹੜੇ ਕਾਂਗਰਸ ਨੂੰ ਫਾਇਦਾ ਮਿਲ ਰਹਾਗਾ ਕਿਸਾਨ ਕਾਲੀਆਂ ਨਾਲੋਂ ਖਫਾ ਹੋ ਗਏ ਨੇ ਇਸ ਕਰਕੇ ਤੁਹਾਡੀ ਸਰਕਾਰ ਇਹਦੀ 144 ਦੇ ਤਹਿਜੇ ਪਰਚੇ ਦਰਜ ਕੀਤੇ ਉਹ ਵੀ ਰੱਦ ਕਰਾਂਗੇ ਮੇਰੀ ਗੱਲ ਸੁਣੋ ਸੁਖਵੀਰ ਬਾਦਲ ਡੈਡੀਆਂ ਕਰਦਾ ਰਿਹਾ ਇਹਨੇ ਨਹੀਂ ਕੀਤੀਆਂ ਇਹ ਕਾਂਗਰਸ ਜਨਰਲ ਕੀ ਕਰ ਰਿਹਾ ਸੀ ਤੇ ਇਹ ਤੇ ਇਹ ਤੇ ਹੁਣ ਪੰਜਾਬ ਦਾ ਕੌਜ਼ ਆ ਗਿਆ ਸੋਸ਼ਲ ਕੌਜ਼ ਆ ਗਿਆ ਪੰਜਾਬ ਦੀ ਕਿਸਾਨੀ ਜਵਾਨੀ ਦੋਨਾਂ ਨੇ ਬਚਾਉਣਾ ਮੈਂ ਇਹ ਕਹੂੰਗਾ ਕਿ ਇਹਦੇ ਚ ਜਿਹੜੇ ਕੱਲੇ ਕਿਸਾਨ ਬੈਠੇ ਨੇ ਕੱਲੇ ਕਿਸਾਨ ਨਹੀਂ ਬੈਠਣੀ ਚਾਹੀਦੀ ਇਹ ਸਾਰਾ ਸਮੁੱਚਾ ਪੰਜਾਬ ਬੈਠਣਾ ਚਾਹੀਦਾ ਉਹਦੇ ਖੇਤ ਮਜ਼ਦੂਰ ਵੀ ਹੋਣੇ ਚਾਹੀਦੇ ਆ ਉਹਦੇ ਚ ਦੁਕਾਨਦਾਰ ਵੀ ਹੋਣੇ ਚਾਹੀਦੇ ਆ ਉਹਦੇ ਚ ਜਿਹੜੇ ਇੰਡਸਟਰੀ ਲਿਸਟ ਨੇ ਉਹਨਾਂ ਨੂੰ ਵੀ ਇਹਦੇ ਚ ਆਉਣਾ ਚਾਹੀਦਾ ਕਿ ਜੇ ਕਿਸਾਨ ਮਰ ਗਿਆ ਪੰਜਾਬ ਦਾ ਕਿਸਾਨ ਮਰਿਆ ਉਹਦੇ ਨਾਲ ਹੀ ਮਰੂਗਾ ਖੇਤ ਮਜ਼ਦੂਰ ਮਰੂਗਾ ਔਰ ਇਹਨਾਂ ਛੋਟਾ ਦੁਕਾਨਦਾਰ ਮਰੇਗਾ ਜਿਹੜੇ ਛੋਟੇ ਸ਼ਹਿਰ ਨੇ ਉਹ ਬਿਲਕੁਲ ਹੀ ਖਤਮ ਹੋ ਜਾਣਗੇ ਤੇ ਇੰਡਸਟਰੀ ਪੰਜਾਬ ਦੇ ਵਿੱਚੋਂ ਕੂਚ ਕਰ ਜੇਗੀ ਜਿਵੇਂ ਇਹਨਾਂ ਨੇ ਜਦੋਂ 25 ਤਰੀਕ ਨੂੰ ਤੁਹਾਡੀ ਜਨ ਚਾਰਚ ਨੇ ਕਰਵਾਈ 25 25 ਤਰੀਕ ਨੂੰ ਤੁਹਾਡੀ ਸਰਕਾਰ ਪਾਰਟਿਸਿਪੇਟ ਕਰੇਗੀ ਕਿਸਾਨਾਂ ਦੇ ਨਾਲ ਵੇਖੋ ਉਹ ਨਾਨ ਹੈਗੀ ਆ ਕਿਸਾਨ ਜਿਹੜੇ ਨੇ ਸਾਰੇ ਮੈਂ ਉਹਦੇ ਚ ਕਿਸਾਨ ਹਾਂ ਮੈਂ ਅਜੇ ਸੁਖਿੰਦਰ ਸਿੰਘ ਜਾਊਂਗਾ ਮੈਂ ਅਜੇ ਮਿਨਿਸਟਰ ਦੇ ਕੋਲ ਵੀ ਨਹੀਂ ਜਾਊਂਗਾ ਕਿਉਂਕਿ ਮੇਰਾ ਮੇਰਾ ਵੀ ਕਿਸਾਨੀ ਚ ਓਨਾ ਹੀ ਜਿਨੇ ਉਹ ਕਿਸਾਨ ਨੇ ਉਹ ਨਾ ਮੇਰਾ ਮੈਂ ਵੀ ਉਹਨਾਂ ਹੀ ਕਿਸਾਨ ਐ ਕਿ ਮੈਂ ਇਹ ਤੁਹਾਨੂੰ ਪਹਿਲੇ ਕਹਿ ਗਿਆ ਕਿ ਇਸ ਪਾਰਟੀ ਚ ਕਾਂਗਰਸ ਪਾਰਟੀ ਜਾਏਗੀ ਬਿਲਕੁਲ ਜਾਏਗੀ ਕਿ ਕਾਂਗਰਸ ਪਾਰਟੀ ਨਹੀਂ ਜਾਗੇ ਅਸੀਂ ਕਿਸਾਨ ਜਾਵਾਂਗੇ ਪਾਰਟੀ ਕਰਕੇ ਨਹੀਂ ਜਾਵਾਂਗੇ ਤੇ ਕਿਸਾਨ ਕਰਕੇ ਜਾਵਾਂਗੇ ਕਿ ਜੋ ਪੰਜਾਬ ਦੇ ਵਿੱਚ ਬੇੜਾ ਕਰਕੇ ਇਹਨਾਂ ਨੇ ਕਰ ਦੇਣ ਲੱਗਿਆ ਐਮਐਸਪੀ ਜੇ ਨਹੀਂ ਮਿਲਦੀ ਭੁੱਲਰ ਸਾਹਿਬ ਤੁਸੀਂ ਵੀ ਕਿਸਾਨ ਹੋ ਤੁਹਾਡਾ ਪਰਿਵਾਰ ਚੱਲ ਜੂ ਤੁਸੀਂ ਸਾਨੂੰ ਸਵਾਲ ਪੁੱਛਦੇ ਹੋ ਆਪਣੇ ਘਰਾਂ ਚ ਜਾ ਕੇ ਆਪਣੇ ਜਿਹੜੇ ਪਿੰਡ ਚ ਜਾ ਕੇ ਸਵਾਲ ਪੁੱਛੋ ਲੋਕਾਂ ਨੂੰ ਨੀਂਦ ਨਹੀਂ ਹੋ ਗਈ ਇਸ ਮਸਲੇ ਤੇ ਡਿਬੇਟ ਕਰਦਿਆਂ ਨੂੰ ਜੀ ਡਿਬੇਟ ਤੁਸੀਂ ਲੀਡਰਾਂ ਨਾਲ ਕਰਦੇ ਹੋ ਕਿਤੇ ਲੋਕਾਂ ਨਾਲ ਕਰੋ ਜਿਨ੍ਹਾਂ ਦੇ ਘਰ ਕਹਿੰਦੇ ਗੱਲ ਕਰਤੀ ਕਰਦੇ ਕਰੋ ਹੁਣ ਉਹਨੂੰ ਛੱਡ ਦੋ ਲੀਡਰਾਂ ਨੂੰ ਲੀਡਰਾਂ ਦੇ ਆ ਪ੍ਰਕਾਸ਼ ਸਿੰਘ ਬਾਦਲ ਜਿਹੜਾ ਮਸੀਹਾ ਤੁਸੀਂ ਵੀ ਕਹ ਰਹੇ ਹੋ ਮਸੀਹਾ ਸਾਹਿਬ ਆ ਮਸੀਹਾ ਪੰਜਾਬ ਦਾ ਕਾਤਲ ਆ ਇਹਨੇ ਬੀ ਬੀਜਿਆ ਇਹਨੇ ਜਿਹੜਾ ਕਹਿੰਦਾ ਨਾ ਮੈਂ ਆਪਣੇ ਹੱਥੀਂ ਹਾਲ ਚਲਾਇ ਇਹਨੇ ਹੱਥੀਂ ਹਾਲ ਚਲਾ ਕੇ ਤੇ ਆ ਪੰਜਾਬ ਕਮ ਜਿਹੜੀ ਕੰਟਰੈਕਟਰ ਫਾਰਮਿੰਗ ਉਹਦੇ ਤੇਰਾਲੇ ਕਿੰਨਾ ਕੀ ਖਤਰਾ ਮੋਦੀ ਵਾਲੇ ਤਿੰਨ ਬਿੱਲਾਂ ਤੋਂ ਵੀ ਜ਼ਿਆਦਾ ਖਤਰਾ ਜੀ ਉਹਦੇ ਨਾਲ 80% ਇਹ ਪ੍ਰਕਾਸ਼ ਸਿੰਘ ਬਾਦਲ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦਾ ਐਕਟ ਚੁੱਕ ਕੇ 20% ਹੋਰ ਵਿੱਚ ਐਡ ਕੀਤਾ ਨਾ ਪ੍ਰਕਾਸ਼ ਸਿੰਘ ਬਾਦਲ ਇਹਦੇ 'ਚ ਜਿਹੜੇ ਐਕਟਰ ਨੇ ਤੁਸੀਂ ਲੈ ਜਾਣੇ ਮੇਰੇ ਕੋਲ ਜੀ ਜੀ ਇਹਦੇ 'ਚ ਐਮਐਸਪੀ ਤੇ ਕੋਈ ਪ੍ਰਕਾਸ਼ ਸਿੰਘ ਬਾਦਲ ਨਹੀਂ ਬੋਲੇ ਕਿ ਐਮਐਸਪੀ ਦਾ ਇਹਦੇ 'ਚ ਕੀ ਹੋਏਗਾ ਦੂਸਰਾ ਵਪਾਰੀ ਨਾਲ ਕੰਟਰੈਕਟ ਜਿਹੜਾ ਕੀਤਾ ਜਾਏਗਾ ਉਹਦੀ ਜੇ ਵਪਾਰੀ ਆਪਣਾ ਕੰਟਰੈਕਟ ਖਤਮ ਕਰਦਾ ਤੇ ਵਪਾਰੀ ਦੇ ਵਿੱਚ ਇਹ ਚੀਜ਼ ਹੈ ਕਿ ਉਹਦੀ ਪਰਪਾਈ ਕਿਵੇਂ ਕਿਸਾਨ ਦੀ ਹੋਏਗੀ ਕਿਸਾਨ ਦੇ ਉੱਤੇ ਉਲਟਾ ਆ ਸਾਰੇ ਕੁਝ ਉਹਨਾਂ ਨੇ ਕਰ ਦਿੱਤਾ ਕਿਸਾਨ ਕੋਰਟ 'ਚ ਨਹੀਂ ਜਾ ਸਕਦਾ ਕਿਸਾਨ ਜਿਹੜਾ ਜੋ ਨਹੀਂ ਕੰਟਰੈਕਟਰ ਜਿਹੜੇ ਨੇ ਕੰਟਰੈਕਟ ਕੀਤਾ ਉਹਦੇ 'ਚ ਨਹੀਂ ਕਰਦਾ ਉਹਦੇ 'ਚ ਕਿਸਾਨ ਨੂੰ 1 ਮਹੀਨਾ ਸਜ਼ਾ ਹੋਏਗੀ 5000 ਤੋਂ ਲੈ ਕੇ 5 ਲੱਖ ਤੱਕ ਜੁਰਮਾਨਾ ਹੋਏਗਾ ਜੇ ਉਹ ਜੁਰਮਾਨਾ ਨਹੀਂ ਦਿੰਦਾ ਉਹਦੇ 'ਚ ਉਹਨੂੰ 100 ਰੁਪਿਆ ਰੋਜ਼ ਦਾ ਪੂਰੇ ਤੇ ਜੁਰਮਾਨਾ ਹੋਰ ਲੱਗੇਗਾ ਹਰ ਰੋਜ਼ ਦਾ ਇਹ ਨਹੀਂ ਮਹੀਨੇ ਬਾਅਦ ਨਹੀਂ ਹਰ ਰੋਜ਼ ਦਾ ਜੁਰਮਾਨਾ ਜਿਹੜਾ ਉਹਨੂੰ ਇਹ ਕੋਈ ਅਪੀਲ ਦੇ ਲਈ ਨਹੀਂ ਹੈਗੀ ਸੀ ਕਿਸਾਨ ਵਾਸਤੇ ਮੈਂ ਕਿਹਾ ਸੁਣ ਲਓ ਤੁਸੀਂ ਤੁਰੇ ਚਲੋ ਆ 25 ਨੰਬਰ 'ਚ ਆ ਗਿਆ ਇਹਨਾਂ ਦਾ ਇਹ ਤੇ ਪ੍ਰੋਡਿਊਸਰ ਜਿਹੜਾ ਉਹਦੇ ਕੋਲ 26 ਨੰਬਰ ਜਿਹੜਾ ਉਹਦੇ ਲੈ ਨੋ ਸਿਵਲ ਕੋਡ ਸ਼ਲ ਬੀ ਸ਼ਲ ਹੈਵ ਜੂ ਰਿਡਕਸ਼ਨ ਕਿਸੇ ਜਿਹੜੀ ਕੋਰਟ ਦੇ ਵਿੱਚ ਕਿਸਾਨ ਨਹੀਂ ਜਾ ਸਕਦਾ ਉਹਦੇ ਜੋ ਜਾਏਗਾ ਜਿਹਨੂੰ ਸਰਕਾਰ ਅਪਾਇੰਟ ਕਰੇਗੀ ਅਪੀਲੀਟ ਅਥਾਰਟੀ ਬਣਾਏਗੀ ਅਥਾਰਟੀ ਕੋਲ ਜਾਏਗਾ ਔਰ ਬਾਅਦ ਜੋ ਅਥਾਰਟੀ ਫੈਸਲਾ ਦੇਗੀ ਉਹਦੇ ਚ ਕਤਮ ਗੱਲ ਹੋ ਜੇ ਪਰ ਇਹ ਬਿੱਲ ਤੇ ਤੁਸੀਂ ਰਿਜੈਕਟ ਕਰ ਹੀ ਦਿੱਤਾਗਾ ਇਹ ਤੇ ਕੀਤਾ ਇਹ ਤੇ ਰਿਜੈਕਟ ਇਹ ਤੇ ਇਹ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਬਾਦਲ ਕਹਿੰਦਾ ਕਈ ਤਾਂ ਦੇ ਕੈਪਟਨ ਨੇ ਮਨਿੰਦਰ ਸਿੰਘ ਨਹੀਂ ਹੈ ਨਾ ਇਹ ਬਾਦਲ ਕਹਿੰਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਦੀਆਂ ਜਿਹੜੀਆਂ ਨੇ ਜਿਹੜਾ ਐਕਟ ਨੇ ਤਿੰਨ ਐਕਟ ਇਹ ਬਹੁਤ ਵਧੀਆ ਬਾਦਲ ਨੇ ਤੇ ਆਪੇ ਹੀ ਕਹਿਣਾ ਵੱਡੇ ਬਜ਼ੁਰਗਾਂ ਨੇ ਉਹਨਾਂ ਨੇ ਆਪੇ ਕਹਿਣਾ ਜਿਨ੍ਹਾਂ ਨੇ ਉਹਨਾਂ ਨੇ ਆਪ ਹੀ ਤੇ ਫਾਂਸੀ ਲਾਈਏ ਕਿਸਾਨ ਆਹ ਜਿਹੜੇ ਨੇ ਉਹਨਾਂ ਨੇ ਆਪ ਹੀ ਆਹ ਜਿਹੜਾ ਬਿੱਲ ਪੇਸ਼ ਜਿਹੜਾ ਕੀਤਾ ਤਾਂ ਅਸੀਂ ਉਸ ਦਿਨ ਕਹਿੰਦੇ ਜੀ ਕਾਂਗਰਸ ਕਿਉਂ ਨਹੀਂ ਬੋਲੀ ਉੱਥੇ ਉਸ ਦਿਨ ਬਜਟ ਸੈਸ਼ਨ ਸੀਗਾ ਬਜਟ ਤੇ ਅਗੇਂਸਟ ਬੋਲ ਕੇ ਅਸੀਂ ਵਾਕਟ ਕਰ ਗਏ ਆ 16 ਬਿਲ ਇੱਕ ਦਿਨ ਚ ਹੀ ਲਿਆਂਦੇ ਤੇ 10ਵੇਂ ਨੰਬਰ ਤੇ ਪੰਜਾਬ ਕੰਟਰੈਕਟ ਫਾਰਮਿੰਗ ਦਾ ਪ੍ਰਕਾਸ਼ ਸਿੰਘ ਬਾਦਲ ਨੇ ਆ ਆਪਣੇ ਮੁਖਾਰਬਿੰਦ ਤੋਂ ਸੋ ਕਾਲਡ ਜਿਹੜਾ ਮਸੀਹਾ ਕਿਸਾਨ ਉਹਨੇ ਆ ਪੇਸ਼ ਕੀਤਾ ਜਿਹੜੇ ਡੈਥ ਹੋਣ ਤੇ ਸਾਈਨ ਜਿਹੜੇ ਆ ਉਹ ਪ੍ਰਕਾਸ਼ ਸਿੰਘ ਬਾਦਲ ਨੇ ਆਜ ਉਹ ਨਾ ਇਹ ਮਤਭਾਸ਼ਾ ਹੁਣ ਜਿਹੜਾ ਕਾਲੀ ਦਲ ਕਹਿ ਰਿਹਾ ਕਿ ਅਸੀਂ ਜੀ ਲਾਇਸ ਜਰੂਰੀ ਹੈ ਕਿ ਮੋਦੀ ਸਰਕਾਰ ਦੀਆਂ ਸਾਰੀਆਂ ਗੱਲਾਂ ਮੰਨਾਂਗੇ ਉਹ ਤਾਂ ਨਹੀਂ ਲੱਗਦਾ ਤੁਹਾਨੂੰ ਕੀ ਲੱਗਦਾ ਹੁਣ ਇਹ ਜਿਹੜਾ ਜੂ ਟਰਨ ਲਿਆ ਹੈਗਾ ਨਹੀਂ ਫਿਰ ਹਰਸ਼ਿੰਦਰ ਕੋਲ ਰਿਜ਼ਾਈਨ ਕਰਾਉਣ ਕਿ ਕੀ ਹੁਣ ਉਹਦੇ ਚ ਕੋਈ ਦਿਨ ਕਢਾਉਣਾ ਨਹੀਂ ਤੇ ਰਜੈਂਦ ਦੇ ਦੇ ਤੇ ਕੀ ਕਾਂਗਰਸ ਨੂੰ ਕੀ ਮਿਲੇਗਾ ਇਹਦੇ ਮੈਨੂੰ ਤਾਂ ਮੈਂ ਤਾਂ ਨਹੀਂ ਕਹਿੰਦਾ ਸਾਨੂੰ ਕੁਝ ਮਿਲਣਾ ਜਿਹੜਾ ਕਹਿੰਦੇ ਕਿ ਅਸੀਂ ਅਸੀਂ ਕਰਾਂਗੇ ਉਹ ਫਿਰ ਉਹ ਮੂਰਤ ਘਟਾ ਰਹੇ ਨੇ ਕਿ ਕਿਸ ਦਿਨ ਚੰਗਾ ਦੇਣੀ ਹੈ ਕਿ ਅਸੀਂ ਕਰਾਂਗੇ ਕਰਨ ਅੱਜ ਹੀ ਕਰਨ ਕੱਲ ਹੀ ਕਰ ਦੇਣਾ ਸੀ ਜੇ ਦਿਨ ਬੋਲਿਆ ਉਸੇ ਦਿਨ ਹੀ ਕਰ ਦੇਣਾ ਸਹੀ ਤਾਂ ਜ ਮਸਲਾ ਹੱਲ ਹੋ ਜਾਊਗਾ ਮਸੀਹਾ ਤੇ ਕਹੀ ਜਾਂਦੇ ਤੇ ਮਸੀਹਾ ਹੋਣੀ ਤੇ ਸਾਰੇ ਅੰਦਰ ਬੈਠੇ ਨੇ ਨਹੀਂ ਫਿਰ ਮਸਲਾ ਹੱਲ ਹੋ ਜਾਊਗਾ ਜੇ ਹਰ ਸਿਮਰ ਕੋ ਬਾਦਰ ਸਿਮਰ ਮੈਂ ਮਸਲਾ ਨਹੀਂ ਕਹਿੰਦਾ ਕਹਿੰਦੇ ਨੇ ਕਿ ਅਸੀਂ ਯੂਟਰਨ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਪੁੱਛਦੇ ਲੋ ਕਿ ਤੁਹਾਡਾ ਤੁਹਾਡਾ ਟਰਨ ਕੀ ਆ ਤੁਹਾਡੇ ਤੁਸੀਂ ਤੇ ਵਿਦਾਊਟ ਟਰਨ ਤੁਸੀਂ ਤੁਰੇ ਫਿਰ ਜਿੱਦੋਂ ਮਰਜ਼ੀ ਮੋੜ ਜਾਂਦੇ ਹੋ ਉਹ ਹੁੰਦੇ ਨੇ ਕਿ ਜਿੱਥੇ ਮੌੜੇ ਜਿੱਥੇ ਮਰਜ਼ੀ ਫੇਰਟ ਕਰ ਦੋ ਇਹ ਉਹ ਆ ਮੋਦੀ ਨੇ ਰੱਖੇ ਜਿੱਥੇ ਮਰਜ਼ੀ ਕਰ ਦੋ ਲਗਦਾ ਕਿ ਜਿਹੜੇ ਵਾਰ-ਵਾਰ ਸ਼ਰੋਮਨੀ ਕਾਲੀ ਦਲ ਕਹਿ ਰਿਹਾ ਕਿ ਲੋੜ ਪੈ ਤਾਂ ਸੀ ਕੁਰਬਾਨੀ ਦਵਾਂਗੇ ਕੁਰਬਾਨੀ ਦਾ ਵੇਲਾ ਆ ਗਿਆ ਉਹ ਮੇਰਾ ਖੜੇ ਨਾ ਬੱਕਰਾ ਰੱਖਿਆ ਕੋਈ ਆਪਣੀ ਕੁਰਬਾਨੀ ਨਹੀਂ ਕਰ ਬੱਕਰੇ ਦੀ ਕਿਸੇ ਦੀ ਬੱਕਰੇ ਦੀ ਕੁਰਬਾਨੀ ਦੇ ਦੇਣਗੇ ਕਿ ਉਹ ਰੱਖਿਆ ਹੋਣਾ ਕੋਈ ਬੱਕਰਾ ਕਿ ਅਸ ਦਿਨ ਦੇਣੀ ਹੈ ਕੁਰਬਾਨੀ ਅਕਾਲੀ ਦਲ ਦੀ ਉਹ ਬੱਕਰਾ ਲਿਆ ਕੇ ਵਿਚਾਰਾ ਛਟਕਾ ਦੇਣਗੇ ਕੋਈ ਇਹਦੇ ਵਰਗਾ ਢੀਂਡ ਸੇ ਵਰਗ ਹੋਰ ਪਿਆਦਾ ਕਰ ਦੇਣਗੇ ਕੱਢ ਕੇ ਉਦਾਂ ਹੀ ਰਗੜ ਕੇ ਬਾਹਰ ਕੱਢ ਦੇਣਗੇ ਲੱਗਦਾ ਕਿ ਅਸਤੀਫਾ ਦੇਣਾ ਸੌਖਾ ਹੁੰਦਾ ਮੇਰੇ ਖਿਆਲ ਚ ਇਸ ਪਰਿਵਾਰ ਲਈ ਬਹੁਤ ਔਖਾ ਪਾਵਰ ਤੋਂ ਬਾਹਰ ਰਹਿਣਾ ਕਿਉਂ ਇਹ ਜੋ ਜਿਹਨਾਂ ਨੇ ਸਾਰੀ ਉਮਰ ਆਪ 25 ਸਾਲ ਜਿਹੜਾ ਰਹਿ ਕੇ ਜਿਹਨੇ ਸਿੱਖੀ ਤੇ ਤੇ ਕਿਸਾਨੀ ਤੇ ਕੀਤੀ ਤੇ ਉਹ ਸਿੱਖਾਂ ਦੇ ਵੀ ਬਰਖਲਾਬ ਬੇਅਦਬੀਆਂ ਵੀ ਉਹਦੇ ਟਾਈਮ ਤੋਂ ਗੁਰੂ ਗ੍ਰੰਥ ਸਾਹਿਬ ਵੀ ਉਹਦੇ ਚ ਗੁੰਮ ਹੋਣ ਸ਼ਰੋਮਣੀ ਕਮੇਟੀ 'ਚ ਜੋ ਗੰਦ ਇਹਦੇ ਵੇਲੇ ਪਿਆ ਹੋਏ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਉਹ ਬਣਾਇਆ ਜਾਏ ਜਿਹੜਾ ਰਾਮ ਰਹੀਮ ਦੇ ਵੱਲੋਂ ਸੁਝਾਜ ਜਾਪਤਾ ਹੋਵੇ ਤੇ ਇਹ ਤੇ ਸਿੱਖੀ ਦੇ ਵੀ ਅਗੇ ਤੇ ਕਿਸਾਨੀ ਦੇ ਵੀ ਅਗੇ ਤੇ ਇਨਸਾਨੀਅਤ ਦੇ ਵੀ ਅਗੇ ਹੈ। ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਇੱਥੇ ਕਿਉਂ ਰਾਹ ਰੋਕਦੇ ਲੋਕ ਪਰੇਸ਼ਾਨ ਹੋ ਰੋਕੋ ਜਾ ਕੇ ਮੋਦੀ ਦਾ ਘਰ ਜਾ ਕੇ ਰੋਕੋ ਕਾਂਗਰਸ ਪਾਰਟੀ ਜਾਏਗੀ ਪੰਜਾਬ ਸਰਕਾਰ ਜਾਏਗੀ ਜੇ ਉੱਥੇ ਕਿਸਾਨ ਜਾਂਦੇ ਤਾਂ ਕੈਪਟਨ ਸਾਹਨੇ ਬੜਾ ਕਲੀਅਰ ਕੱਟ ਗਿਆ ਸੀ ਕਿ ਕਿਸਾਨਾਂ ਦੇ ਨਾਲ ਮੈਂ ਜਾਵਾਂਗਾ। ਇਹ ਨਹੀਂ ਕਿਹਾ ਕਿ ਮੈਂ ਅੱਗੇ ਲੱਕੇ ਜਾਵਾਂਗਾ ਨਾ ਕਿਹਾ ਕਿਸਾਨਾਂ ਦੇ ਨਾਲ ਮੈਂ ਵੀ ਦਿੱਲੀ ਜਾਵਾਂਗਾ। ਤੇ ਸਾਡੀ ਪਾਰਟੀ ਜਿਹੜੀ ਆ ਆਪਣੇ ਤਰੀਕੇ ਦੇ ਕਿਵੇਂ ਦਿੱਲੀ ਚ ਐਮ ਐਲ ਏ ਨੇ ਐਮ ਪੀ ਨੇ ਕਿਵੇਂ ਪ੍ਰੋਟੈਸਟ ਕਰਨਾ ਉਹ ਵੀ ਅਸੀਂ ਪਲਾਨ ਕਰ ਰਹੇ ਹਾਂ ਸਿਆਸਤ ਨਹੀਂ ਹੋ ਰਹੀ ਜੀ ਕਿਸਾਨਾਂ ਦੇ ਨਾਮ ਤੇ ਸਿਆਸਤ ਕਿਸਾਨ ਜਿਹੜੇ ਨੇ ਭੁੱਖੇ ਮਰ ਜਣਗੇ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਣਾ ਮੈਂ ਕਿਸਾਨ ਨਹੀਂ ਮੇਰੀ ਜ਼ਮੀਨ ਨਹੀਂ ਕਿਹਦੇ ਤੇ ਸਿਆਸਤ ਕੀ ਕਰਾਂਗੇ ਤੁਹਾਨੂੰ ਪਾਰਲੀਮੈਂਟ ਦੇ ਵਿੱਚ 545 ਐਮ ਪੀ ਆ ਉਹਨਾਂ ਚੋਂ ਲਗਭਗ 200 ਦੇ ਕਰੀਬ ਉਹ ਨੇ ਜਿਹੜੇ ਕਿਸਾਨੀ ਕਿਸਾਨੀ ਨਾਲ ਸੰਬੰਧ ਰੱਖਦੇ ਨੇ ਤਾਂ ਲੱਗਦਾ ਕਿ ਉਹਨਾਂ ਨੂੰ ਵੀ ਆਵਾਜ਼ ਠੋਣੀ ਚਾਹੀਦੀ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਜੀ ਉਹ ਮੋਦੀ ਦੇ ਸਾਹਮਣੇ ਤਾਂ ਜ਼ੁਬਾਨ ਸਾਰਿਆਂ ਦੀ ਕੱਟੀ ਜਾਂਦੀ ਬੋਲੂਗਾ ਕੋਈ ਭਾਜੀਪੀ ਚੋਂ ਬਾਕੀ ਪਾਰਟੀਆਂ ਤੇ ਹੈਗੇ ਜੇ ਭਾਜੀਪੀ ਵਾਲੇ ਦੀ ਮਜਬੂਰੀ ਹੋ ਸਕੇ ਬਾਕੀ ਦੇ ਸਾਰੇ ਬੋਲ ਰਹੇ ਨੇ ਤੁਸੀਂ ਵੇਖਿਆ ਕਿਵੇਂ ਅੰਦਰ ਬੋਲ ਰਹੇ ਨੇ ਸਾਰੇ ਹੀ ਬੋਲ ਰਹੇ ਨੇ ਪਰ ਜਿਹਨਾਂ ਦੇ ਨਾਲ ਅਲਾਈਅੰਸ ਹੈ ਜਿਵੇਂ ਨਤੀਸ਼ ਕੁਮਾਰ ਉਹ ਕਿਦਾਂ ਦੇਗੇ ਇਸ ਵੋਟ ਪਰ ਜੇ ਆਂਧਰਾ ਵਾਲੇ ਕਿਦਾਂ ਪਾ ਦੇਣਗੇ ਵੋਟ ਉਹ ਬਾਬਾ ਮਿਹਰਬਾਨ ਇਸ ਸਤਜਿੰਦਰ ਸਿੰਘ ਦਾਵినਾ ਸਾਹਿਬ ਸ਼ਬਦਾਂ ਦੇ ਵਿੱਚ ਬੋਲੇ ਆਗੇ ਕਿ ਬਾਦਲ ਜਿਹੜੇ ਲਗਾਤਾਰ ਰਹਿ ਚੁੱਕੇ ਨੇ ਮੁੱਖ ਮੰਤਰੀ ਉਹਨਾਂ ਦੇ ਪੱਤਰ ਵੇਖਿਆ ਉਹ ਮਸੀਹਾ ਨਹੀਂ ਉਹਨੂੰ ਕਾਤਲ ਹੈ ਪਰ ਇਹ ਹੈ ਕਿ ਹਮੇਸ਼ਾ ਪੰਜਾਬ ਦੇ ਨਹੀਂ ਦੇਸ਼ ਦੇ ਕਿਸਾਨਾਂ ਦੇ ਨਾਮ ਤੇ ਸਿਆਸਤ ਜਰੂਰ ਨਹੀਂ ਰਹੀ ਹੈ ਸਿਆਸੀ ਰੋਟੀਆਂ ਸੇਕੀਆਂ ਗਈਆਂ ਨੇ ਪਰ ਕਿਸਾਨ ਦੀ ਰੋਟੀ ਦੀ ਗੱਲ ਬਹੁਤ ਵਾਰ ਘੱਟ ਹੋਈ ਹੈ ਕਰਮੰਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਦੀ ਨਿਊਜ਼ ਚੰਡੀਗੜ੍ਹ